ਲੇਕਿਨ ਜੀ ਅੱਜ ਇਹ ਨੇ ਵਲੌਗ ਕੇ ਸਾਥ ਹਾਜ਼ਰ ਹੈ। ਅੱਜ ਕੀਮਾ ਖੜਾ ਕੀਮਾ ਮਸਾਲਾ ਬਣਾ ਰਹੇ ਹਾਂ ਜੀ। ਕੀਮੇ ਕੋ ਨਮਕ ਮੇਵੇ ਹਲਦੀ ਡਾਲ ਕੇ ਪ੍ਰੈਸ਼ਰ ਲਗਾ ਦੀਏ 15 ਮਿੰਟ ਕੇ ਲੀਏ, ਔਰ ਇਸਕਾ ਲਸਣ ਕਾ ਯੇ ਪਾਣੀ ਬਣਾ ਰਹੇ ਹੈ, ਅਦਰਕ ਯੇ ਕਾਟ ਲੀ ਹੈ, ਯੇ ਗਰਮ ਮਸਾਲਾ, ਕਾਲੀ ਮਿਰਚੇ, ਸੂਖਾ ਧਨੀਆ ਔਰ ਜੜਾ ਮਿਰਚੇ, ਔਰ ਯੇ ਜੋ ਹੈ ਨਾ ਸੁਰਖ ਲਾਲ ਗੋਲ ਮਿਰਚੇ, ਯੇ ਡਾਲਨੀ ਹੈ ਇਸਮੇ। ਆਪਕੋ ਖੋਲਦੇ ਹੈ ਔਰ ਫਿਰ ਦਿਖਾਤੇ ਹੈ ਔਰ ਕਿਆ ਕਿਆ ਇੰਗਰੀਡੀਐਂਟ ਡਾਲੇ ਹੈ। ਇਸਕੋ ਬਜ਼ਾਰੀ ਸਟਾਈਲ ਮੇ ਬਣਾਏਂਗੇ ਆਜ ਨਾ, ਕੜਾਈ ਕੇ ਅੰਦਰ ਜੈਸੇ ਵੋ ਤਵੇ ਮੇ ਬਣਾਤੇ ਹੈ ਨਾ, ਇਸ ਤਰ੍ਹਾਂ ਯੇ ਬਰੀਕ ਕੜਾਈ ਹੈ, ਇਸਕੋ ਉਪਰ ਬਣਾਏਂਗੇ। ਖੜਾ ਮਸਾਲਾ ਕਾਟ ਲਿਆ ਜੀ, ਇਹ ਲਸਣ ਦੇਖੇ ਚੌਪ ਕਰ ਲਿਆ, ਪਿਆਜ਼ ਵੀ ਚੌਪ ਕਰ ਲਿਆ, ਅਦਰਕ ਇਸ ਤਰ੍ਹਾਂ ਕਾਟ ਲਿਆ ਥਾ, ਅਦਰਕ ਮੈਂ ਚੌਪ ਕਰਕੇ ਨਹੀਂ ਡਾਲਦਾ, ਇਸ ਤਰ੍ਹਾਂ ਡਾਲ ਦੋ, ਔਰ ਕੁਛ ਲਸਣ ਦਾ ਇਹ ਦੇਖੇ ਨਾ ਮੈਂ ਪਾਣੀ ਡਾਲ ਲਿਆ। ਪ੍ਰੈਸ਼ਰ ਦਾ ਟਾਈਮ ਹੋ ਗਿਆ 15 ਮਿੰਟ ਕੇ ਲਈ, ਇਸਕੋ ਆਪ ਖੋਲ ਲੇ ਰਹੇ। ਬਿਸਮਿਲ੍ਲਾਹ ਰਹਿਮਾਨ ਰਹਿਮ ਜੀ, ਇਹ ਮੈਂ ਕੁਲਚੇ ਕੇ ਸਾਥ ਕੜਾਈ ਕੇ ਅੰਦਰ ਲਿਆ ਜੀ, ਔਰ ਇਸਕੋ ਜੇ ਇੱਕ ਖਾ ਦਿੱਤੇ ਜੀ। ਆਗ ਨਹੀਂ ਕਿਸੇ ਬੰਦ ਕਰ ਰਹੀ ਹੈ ਜੀ, ਪ੍ਰੈਸ਼ਰ ਕੋ ਖੋਲ ਰਿਹਾ ਜੀ। ਬਿਸਮਿਲ੍ਲਾਹ ਰਹਿਮਾਨ ਰਹਿਮ ਜੀ, ਮਾਸ਼ਾਅੱਲਾ ਦੇਖੇ ਜੀ, ਬੜੀ ਪਿਆਰੀ ਖੁਸ਼ਬੂ ਆ ਰਹੀ ਹੈ। ਇਸਮੇ ਹਮਨੇ 4 ਸੇ 5 ਅਦਦ ਬਾਦ ਖਤਾਈ ਕੇ ਫੂਲ ਡਾਲੇ ਥੇ, ਏਕ ਚੁਟਕੀ ਜ਼ੀਰੇ ਕੀ, ਏਕ ਇਲਾਇਚੀ ਛੋਟੀ, ਟਮਾਟਰ, ਪਿਆਜ਼, ਏਕ ਪਿਆਜ਼, 3 ਟਮਾਟਰ, ਨਮਕ, ਹਲਦੀ ਔਰ ਸੁਰਖ ਮਿਰਚ, ਯੇ ਐਡ ਕੀ ਥੀ ਚੀਜ਼ੇ। ਅਬ ਇਸਕੋ ਜੋ ਹੈ ਨਾ ਕੜਾਈ ਮੇ ਜੋ ਹੈ ਨਾ ਜੋ ਹੈ ਨਾ ਉਂਡੇਲ ਦੇਤੇ ਹੈ। ਇਸਮੇ ਉਂਡੇਲ ਦੀ ਹੈ ਸਾਰਾ, ਇਸਕੋ ਟਮਾਟਰ ਕਾ ਛਿਲਕਾ, ਟਮਾਟਰ ਸਾਫ਼ ਡਾਲੇ ਥੇ, ਏਕ ਏਕ ਪੀਸ ਜੋ ਹੈ ਨਾ ਸੈਂਟਰ ਸੇ ਕੱਟ ਕਰਕੇ, ਅਬ ਇਸਕਾ ਛਿਲਕਾ ਉਤਾਰ ਲੇਂਗੇ। ਇਸਕਾ ਸਾਰਾ ਟਮਾਟਰ ਕਾ ਛਿਲਕਾ ਖੁਦ ਹੀ ਜੋ ਹੈ ਨਾ ਯੇ ਉਤਰ ਜਾਤਾ ਹੈ। ਬਾਅਦ ਦੇ ਖਤਾਈ ਕੇ ਫੂਲ ਇਸ ਲਈ ਡਾਲੇ ਕਿ ਜੋ ਕੁਰਬਾਨੀ ਕਾ ਗੋਸ਼ਤ ਹੈ ਨਾ ਉਸਮੇ ਸੇ ਅਗਰ ਥੋੜ੍ਹੀ ਬਹੁਤ, ਕਿਉਂਕਿ ਮੈਂ ਤਾਂ ਯੇ ਜੋ ਹੈ ਨਾ ਜਾਨਵਰ ਬਹੁਤ ਬੜਾ ਨਹੀਂ ਲਾਤਾ, ਮੀਡੀਅਮ ਸੇ ਬੜਾ ਹੋਤਾ ਹੈ ਥੋੜ੍ਹਾ ਸਾ ਜਾਨਵਰ, ਜਿਸ ਵਿੱਚ 30-35 ਕਿਲੋ ਗੋਸ਼ਤ ਨਿਕਲਦਾ, ਫਿਰ ਵੀ ਯੇ ਬਾਅਦ ਦੇ ਖਤਾਈ ਕੇ ਫੂਲ ਡਾਲ ਦਿਆਂ ਤਾਂ ਕਿ ਅਗਰ ਕੋਈ ਹਮਕ ਜਾਂ ਕੋਈ ਸਮੈਲ ਹੋਗੀ ਉਹ ਖਤਮ ਹੋ ਜਾਂਦੀ ਹੈ ਸਰ ਬਿਲਕੁਲ। ਦੇਖੇ ਜੀ ਨਾਨ ਆ ਗਏ, ਨਾਨ ਰੋਟੀਆਂ ਆ ਗਈਆਂ, ਬਸ ਇਸਕੋ ਭੁੰਨਣਾ ਔਰ ਰੈਡੀ ਕਰ ਦੇਣਾ ਜੀ। ਇਸ ਵੇ ਆਪ ਜੋ ਹਮਨੇ ਦੇਖੇਂਗੇ 5 ਅਦਦ ਜੋ ਹੈ ਨਾ ਉਹ ਹਮਨੇ ਸੁਰਖ ਮਿਰਚ ਡਾਲ ਦੀ ਹੈ ਜੀ ਗੋਲ ਵਾਲੀ, ਔਰ ਥੋੜ੍ਹਾ ਸਾ ਸੁਕਾ ਦਿੰਦੀ ਹੈ ਕਾਲੀ ਮਿਰਚ, ਔਰ ਇਹ ਜਿਹੜਾ ਮਿਰਚ ਡਾਲਣ ਲੱਗੇ ਜੀ ਇਸਕੋ ਐਡ ਕਰ ਦੀ ਇਸਕੋ। ਇਸ ਵਕਤ ਥੋੜ੍ਹਾ ਸਾ ਕਟਾ ਹੋਇਆ ਅਦਰਕ ਜੋ ਹੈ ਨਾ ਉਹ ਵੀ ਐਡ ਕਰ ਰਹੇ ਜੀ। ਇਹ 2 ਅਦਰ ਜੋ ਹੈ ਨਾ ਹਰੀ ਮਿਰਚ ਡਾਲ ਦੇਣੀ ਜੀ ਇਸਕੋ। ਅਬ ਇਸਮੇ ਦੇਸੀ ਘੀ ਡਾਲਣ ਲੱਗੇ ਜੀ, ਬਿਸਮਿਲ੍ਲਾਹ ਰਹਿਮਾਨ ਰਹੀਮ। ਥੋੜ੍ਹਾ ਦੇਸੀ ਘੀ ਡਾਲਣਾ ਇਸਕੋ, ਜ਼ਿਆਦਾ ਨਹੀਂ ਡਾਲਣਾ, ਕਿਉਂਕਿ ਜੋ ਹੈ ਨਾ ਯੇ ਗੋਸ਼ ਜੋ ਹੈ ਨਾ ਕੁਰਬਾਨੀ ਕਾ ਹੋਤਾ ਹੈ, ਇਸਮੇ ਆਲਰੇਡੀ ਪਹਿਲੇ ਸੇ ਘੀ ਹੋਤਾ ਹੈ, ਤਾਂ ਰੋਗਨ ਹੋਤਾ ਹੈ। ਇਸਕੋ ਅੱਛੀ ਤਰ੍ਹਾਂ ਜੋ ਹੈ ਨਾ ਯੇ ਘੀ ਮੇ ਭੁੰਨਣਾ, ਭੁੰਨਣੇ ਕੇ ਬਾਅਦ ਇਸਮੇ ਜੋ ਹੈ ਨਾ ਗਰਮ ਮਸਾਲਾ, ਕਾਲੀ ਮਿਰਚੇ ਔਰ ਸੂਖਾ ਧਨੀਆ ਔਰ
प्याज लहसुन और अदरक चॉप किया हुआ डाल देना। नहीं जी, इसमें जो है ना मक्खन ही डाल दिया छोटा, मक्खन के साथ भूनने लगे अब इसको। जो घी में अच्छी तरह भून गया था, अब मक्खन जो है ना सर इसके एक टेस्ट के लिए डाला है, तो मक्खन में ज्यादा भूनना नहीं है, बस मक्खन जैसे पिघलेगा तो इसमें हम खड़ा मसाला डाल के गर्म मसाले डाल देंगे। जी ये तीनों चीजें मिक्स हैं, गरम मसाला, काली मिर्च और सूखा धनिया, ये इसमें ऐड कर दिया। और अब इसमें जो है ना ये अब खड़ा मसाला था, प्याज और लहसुन ये ऐड कर देंगे। जो देखेंगे ये ऐड कर दिया, और ये कटा हुआ अदरक थोड़ा सा वो ऐड कर दिया इसमें, ये धनिया ऐड कर दिया इसमें, और ये हरी मिर्च ऐड कर दी इसमें। माशाल्लाह ये तैयार हो गई। अब ये सारी इसको एक दफा जो है ना ऐसे करेंगे, आपको एक दफा मिक्स करेंगे। ये खड़े मसाले वाली जो है ना कढ़ाई रेडी हो गई है, आप पहले खड़े मसाले से पहले भी सर्व कर सकते हैं। देखिए माशाल्लाह कितनी प्यारी लुक आई है। अब इसको सर्व कर देते हैं। मेरे चैनल को लाइक कर दीजिएगा, सब्सक्राइब कर दीजिएगा और शेयर कीजिएगा। दुआओं में याद रखिएगा और अपना बहुत सारा ख्याल रखिएगा। इंशाल्लाह ताला आपको एक नई वीडियो में मिलते हैं। इसको जरा टेस्ट करके मैं बता दूं कढ़ाई के अंदर। बिस्मिल्लाह रहमान रहीम जी, ये मैं कुलचे के साथ कढ़ाई के अंदर ही टेस्ट कर रहा हूँ जी। बिस्मिल्लाह जी, बिस्मिल्लाह, माशाल्लाह जी, माशाल्लाह, बहुत कमाल की बनी है, बहुत टेस्टी है, बहुत जल्दी बन गई है।